ਇੱਥੇ ਫਲੋਰ ਦੇ ਵਿੱਚ ਆਪਣੇ ਇੰਨੀ ਗੁੰਡਾਗਰਦੀ ਚੱਲਦੀ ਆ ਤੇ ਕੁੜੀਆਂ ਸੇਫ ਨਹੀਂ ਤੇ ਨਾ ਇਹ ਜਵਾਕ ਸੇਫ ਹੈ ਨਾ ਬੰਦਾ ਸੇਫ ਹੈ। ਇੱਥੇ ਫਲੋਰ ਦੇ ਵਿੱਚ ਨਾ ਕੋਈ ਸਾਡਾ ਐਮਸੀ ਨਾ ਕੋਈ ਪ੍ਰਧਾਨ ਨਾ ਕੋਈ ਕੋਈ ਸੁਣਵਾਈ ਨਹੀਂ ਨਾ ਕੋਈ ਪੁਲਿਸ ਥਾਣਾ ਸਾਡੇ ਕੋਈ ਨਹੀਂ ਆ ਰਿਹਾ। 4 ਦਿਨ ਹੋ ਗਏ ਮੈਨੂੰ ਫੋਨ ਕਰਦੇ ਕਰਦੇ ਨੂੰ 4 ਦਿਨ ਹੋ ਗਏ ਮੈਨੂੰ ਥਾਣੇ ਫੋਨ ਕੀਤੇ ਨੂੰ 4 ਦਿਨ ਦੀ ਕੋਈ ਪੁਲਿਸ ਨਹੀਂ ਆਈ ਆ। ਸਾਰੀ ਅਸੀਂ ਕਰਦੇ ਸਾਡੇ ਕਰਦੇ ਸੱਚਾ ਮਸਲਾ ਅਸੀਂ ਚੰਡੀਗੜ੍ਹ ਹਾਈ ਕੋਰਟ ਤੇ ਅਪੀਲ ਕਰਦੇ ਹੈਗੇ, ਜਲੰਧਰ ਹਾਈ ਕੋਰਟ ਅਪੀਲ ਕਰਦੇ ਹੈਗੇ। ਸਾਡੀ ਕਿਹੜੀ ਸਰਕਾਰ ਹੈਗੀ ਜੇ ਸਾਨੂੰ ਧੀਆਂ ਭੈਣਾਂ ਨੂੰ ਬਚਾਓਗੇ, ਕੁੜੀ ਬਚਾਓ ਇੱਦਾਂ ਕਹਿੰਦੇ, ਬੇਟੀ ਬਚਾਓ ਕੀ ਬਚਾਣੀ ਹੈਗੀ ਇਹਨਾਂ ਨੇ, ਸਾਨੂੰ ਤਾਂ ਲੁੱਟ ਪਾਈ ਆਈ ਪੱਥਰ ਮਾਰਿਆ ਘਰ ਲੁੱਟਣ ਦੀ ਕੋਸ਼ਿਸ਼ ਕੀਤੀ। ਆ ਸਾਰਾ ਕੁਛ ਦੇਖੋ ਜੀ, ਆ ਬੋਤਲ ਮਾਰੇ ਬੀਅਰ ਦਾ ਰੋਣ ਦੇ, ਆ ਸਾਰਾ ਮਾਰਿਆ ਜੀ ਦੇਖੋ, ਆ ਦੇਖੋ ਬੀਅਰ ਬੋਤਲਾਂ ਮਾਰੀਆਂ ਇੱਟਾਂ ਮਾਰੀਆਂ ਦੇਖੋ, ਆ ਅੱਜ ਦੀ ਇੱਟਾਂ ਮਾਰੀਆਂ, ਆ ਦੇਖੋ ਬੀਅਰ ਘਰ ਤੱਕ ਚਲੇ ਗਏ, ਆ ਦੇਖੋ ਜੀ ਇਹ ਦੇਖੋ ਕਿੰਨਾ ਖਤਰਨਾਕ ਕੰਮ ਹੈ, ਘਰ ਲੁੱਟਣ ਪੈ ਗਿਆ। ਇਹਨਾਂ ਨੇ ਬਹੁਤ ਕੁਛ ਹੰਗਾਮਾ ਕੀਤਾ, ਕਮਰੇ ਵੀ ਦੇਖੋ ਸਾਰਾ ਗਲੇਰਾ ਪਾਇਆ ਨੇ, ਬੜੀ ਬੁਰੀ ਤਰ੍ਹਾਂ ਬੇਰਹਿਮ ਨੇ ਕੁੱਟਿਆ ਸਾਡੇ ਕੁੜੀਆਂ ਬੱਚੇ ਛੋਟੇ ਛੋਟੇ ਬੱਚੇ। ਇਹਨਾਂ ਨੇ ਲੁੱਟਣ ਦੀ ਬਹੁਤ ਖੁਸ਼ੀ ਕੀਤੀ ਆ, ਇਹਨਾਂ ਬਹੁਤ ਗੁੰਡਾ ਕਰਦੀ ਆ, ਇਹ ਫਲੋਰ ਦੇ ਵਿੱਚ ਬਹੁਤ ਗੁੰਡਾ ਕਰਦੀ ਕਰਦੇ ਆ। ਮੇਰੇ ਮੁੰਡੇ ਦਾ ਵਿਆਹ ਸੀ, ਮੁੰਡੇ ਆਏ ਉਹਨਾਂ ਨੇ ਖੱਪਖਾਨਾ ਕੀਤਾ, ਕੁੜੀਆਂ ਨਾਲ ਟੀਚਰਾਂ ਕੀਤੀਆਂ ਤੇ ਸਾਡੇ ਵਿਆਹ ਦਾ ਫੰਕਸ਼ਨ ਸਾਰਾ ਖਰਾਬ ਕੀਤਾ ਉਹਨਾਂ ਨੇ। ਉਹ ਸੁਨੀਲ ਸੀ, ਵਿਜੇ ਸੀ, ਅਜੇ ਸੀ, ਨੇਪਾਲੀ ਸੀ, ਉਹਨਾਂ ਨੇ ਕੁੜੀਆਂ ਨੱਚਦੀਆਂ ਸੀ ਉਹਨਾਂ ਤੇ ਪੈਸੇ ਵਾਰਦੇ ਸੀ ਤੇ ਪੈਸੇ ਵਾਰਨ ਤੂੰ ਵਜਿਆ ਤੂੰ ਉਹਨਾਂ ਨੂੰ ਰੋਕਿਆ, ਫਿਰ ਉਹਨਾਂ ਨੇ ਮਾਰਕੁੱਟ ਚਾਲੂ ਕਰ ਦਿੱਤੀ, ਫਿਰ ਉਹਨਾਂ ਨੇ ਬਹੁਤ ਹੀ ਜ਼ਿਆਦਾ ਹੰਗਾਮਾ ਕੀਤਾ, ਮੁੰਡਿਆਂ ਲਿਆ ਕੇ 10-12 ਫਿਰ ਉਹਨਾਂ ਨੇ ਹੰਗਾਮਾ ਕੀਤਾ। ਮੇਰੇ ਮੁੰਡਾ ਦੇ ਵੀ ਸੱਟਾਂ ਮਾਰੀਆਂ ਉਹਨਾਂ ਨੇ, ਸਾਡੇ ਘਰੋਂ ਨਿਕਲੇ ਨਹੀਂ, ਸਾਡੀ ਬਰਾਤ ਚੱਜ ਨਾਲ ਤੁਰੀ ਨਹੀਂ, ਉਹਨਾਂ ਨੇ ਸਾਡੀ ਸਾਰੀ ਬਰਾਤ ਗੱਡੀ ਵਾਲਿਆਂ ਨੂੰ ਸਾਰਿਆਂ ਨੂੰ ਰੋਕਿਆ ਔਰ ਰਸਤੇ 'ਚ ਉਹਨਾਂ ਨੇ ਸਾਰੀ ਬਰਾਤ ਹੀ ਸਾਡੀ ਖਰਾਬ ਕਰਾਈ। ਮੈਂ 1 ਵਜੇ ਮੈਂ 9 ਤਰੀਕ ਦੀ ਰਿਪੋਰਟ ਦਿੱਤੀ ਥਾਣੇ ਨੇ 1 ਵਜੇ ਰਾਤ ਦੀ, ਮੈਂ ਉਹਨਾਂ ਨੂੰ ਕਿਹਾ ਸੀ ਸਾਡੇ ਨਾਲ ਇੱਦਾਂ ਵਾਕਵਾ ਹੋਇਆ, ਤੁਸੀਂ ਆ ਕੇ ਇਨਕੁਆਇਰੀ ਕਰੋ, ਤੁਸੀਂ ਬੰਦਿਆਂ ਨੂੰ ਚੱਕੋ। ਇਹਨਾਂ ਨੇ ਚੱਕਿਆ ਨਹੀਂ, ਨਾ ਹੀ ਇਨਕੁਆਇਰੀ ਕੀਤੀ, ਨਾ ਮੁਹੱਲੇ 'ਚ ਆਏ, ਨਾ ਬੰਦੇ ਚੱਕ ਹੋਏ। ਉਹ ਮੁੰਡੇ ਅਲਬਤ ਆ ਕੇ ਫਿਰ ਉਹਨਾਂ ਨੇ 4 ਵਾਰ ਹਮਲਾ ਕਰਤਾ, ਮਜਬੂਰ ਹੋਏ ਆ, ਦੁਖੀ ਹੋ ਗਿਆ, ਬਸ ਉਹ ਬੰਦੇ ਨਹੀਂ ਚੱਕ ਰਹੇ, ਚੱਕਣ ਤੋਂ ਬਜਾ ਉਹਨਾਂ ਨੂੰ ਭੇਜ ਰਹੇ ਆ, ਉਲਟਾ ਸਾਨੂੰ ਧਮਕਿਆ 4-5। ਮੈਂ 9 ਤਰੀਕ ਦੇ ਨਿਆਣੇ ਸਕੂਲ ਵੀ ਨਹੀਂ ਭੇਜੇ ਆ, ਨਾ ਮੈਂ ਵਿਆਹ ਦੇਖਿਆ। ਮੇਰੇ ਮੁੰਡੇ ਦਾ ਵਿਆਹ ਇੰਨਾ ਖਰਾਬ ਕੀਤਾ, ਮੇਰੇ ਮੁੰਡੇ ਦੇ ਲੈਣਾ ਤੇ ਘਸੀਟ ਕੇ ਲੈ ਕੇ ਗਏ, ਉਹਦੇ ਨਾ ਲੁੱਟ ਖੋ ਵੀ ਉਹਦੀ ਕਰ ਲਈ ਉਹਨਾਂ ਨੇ ਤੇ ਉਹਨੂੰ ਮਾਰਿਆ ਵੀ ਸੱਟਾਂ। ਮੈਂ ਇਹੀ ਕਹਿੰਦੀ ਹਾਂ ਬਈ ਪੁਲਿਸਿਆਂ ਨੂੰ ਉਹਨਾਂ ਨੂੰ ਸ਼ਰਿਆਮ ਹੀ ਇੰਨੀ ਗੁੰਡਾਗਰਦੀ ਕਿੰਨੇ ਦਿੱਤੀ ਆ, ਸਾਡੇ ਨਾਲ ਇਨਸਾਫ ਹੋਵੇ। ਮੰਗ ਇਹ ਆ ਕਿ ਉਸ ਬਦਮਾਸ਼ਾਂ ਨੂੰ ਚੱਕਿਆ ਜਾਵੇ, ਅੰਦਰ ਕੀਤਾ ਜਾਵੇ।